ਹੁਣ ਅਸੀਂ ਇਹੀ ਹਲਾਉਣਾ ਜੀ ਹੁਣ ਜਦ ਠੀਕ ਹੈ ਜੀ ਜਦੋਂ ਬਈਆਂ ਨੂੰ ਇਹਨਾਂ ਤੁਸੀਂ ਸਿਰੇ ਚੜਾ ਲਾਂਗੇ ਤਾਂ ਹੁਣ ਉਹ ਬਈਆਂ ਨੇ ਅੱਜ ਸਿਰੇ ਚੜ ਚੜ ਕੇ ਆਹੀ ਹਾਲ ਨੇ ਆਹੀ ਨਤੀਜੇ ਮਿਲਣੇ ਨੇ ਜੋ ਤੁਹਾਨੂੰ ਅੱਜ ਮੇਰੇ ਮਿਲਦੇ ਪਏ ਨੇ। ਉਹਨਾਂ ਨੇ ਉਹਨੂੰ ਉੱਥੇ ਟਾਲਿਆ ਤਾਂ ਇਹਨੂੰ ਮਾਰਨ ਲੱਗ ਪਏ ਤਾਂ ਇੱਕ ਲੇਡੀਜ਼ ਨੇ ਚੀਕ ਮਾਰੀ ਉੱਧਰੋਂ ਬਈਏ ਆਏ ਤਾਂ ਕੁੱਟਣ ਲੱਗ ਪਏ, ਅਸੀਂ ਛੁਡਾਇਆ ਤਾਂ ਹਟੇ ਨਹੀਂ ਜੀ। ਮੇਰੇ ਨਾਲ ਦੇ ਵੀ ਜਿਹੜੇ ਛੁੜਾ ਰਹੇ ਸੀਗੇ ਤਾਂ ਉਹਨਾਂ ਦੇ ਵੀ ਸੱਟਾਂ ਸੁੱਟਾਂ ਮਾਰੀਆਂ, ਜਨਾਨੀਆਂ ਤੱਕ ਆ ਗਈਆਂ ਇੱਟਾਂ ਉੱਟਾਂ ਮਾਰਨ, ਉਹ ਅੱਗੋਂ ਆ ਕੇ ਕਹਿੰਦੇ ਜੀ ਪੰਜਾਬੀਆਂ ਦੀ ਦੇ ਦਾਂਗੇ, ਪੰਜਾਬੀ ਇੱਥੇ ਕਰ ਦਾਂਗੇ, ਪੰਜਾਬੀ ਰਹਿਣ ਕਿ ਨਹੀਂ ਦੇਣਾ। ਫਿਰ ਜਦੋਂ ਐਂਡੋ ਕਹਿਣ ਲੱਗ ਗਏ ਪੰਜਾਬੀਆਂ ਦੀ ਤਾਂ ਉੱਥੇ ਰੇਤੇ ਵਾਲੇ ਭਾਜੀ ਆ ਤਾਂ ਉਹਨਾਂ ਨੇ ਦਬਕਾ ਮਰਾਇਆ, ਇੱਕ ਕੰਡੇ ਵਾਲਾ ਭਾਜੀ ਆ ਇਹਨਾਂ ਨੇ ਅਤੇ ਮੈਂ, ਅਸੀਂ ਇਹਨਾਂ ਨੂੰ ਛੁਡਾਇਆ ਨਹੀਂ ਤਾਂ ਉਹ ਤਾਂ ਪਤਾ ਨਹੀਂ ਕੀ ਦਿਮਾਗ 'ਚ ਲੈ ਕੇ ਆਏ ਸੀ ਕਿ ਮਾਰ ਹੀ ਦੇਣਾ ਹੁੰਦਾ। ਤਾਂ ਲੇਬਰ ਨੂੰ ਅਸੀਂ ਲੋਕਾਂ ਨੇ ਆਪ ਹੀ ਇੰਨਾ ਜ਼ਿਆਦਾ ਹਾਵੀ ਕਰ ਲਿਆ, ਇੰਨਾ ਕੁ ਉਹਨਾਂ ਦਾ ਜੁੱਟ ਇਹਨਾਂ ਦਾ ਜੋੜ ਵਧਾ ਤਾ ਵੀ ਇੱਕ ਇੱਕ ਕਮਰੇ 10-10 ਵੀਹ ਬੰਦੇ ਰਹਿੰਦੇ ਆ। ਇੱਕ ਸਾਡੇ ਪੰਜਾਬੀਆਂ ਦੇ ਕੋਲ ਜਦੋਂ ਲੋੜ ਪਵੇ ਮੌਕੇ 'ਤੇ ਆਵਾਜ਼ ਮਾਰੋਗੇ ਦੋ ਬੰਦੇ ਨਹੀਂ ਇਕੱਠੇ ਹੋਣੇ, ਇਹਨਾਂ ਕੋਲ 20 ਦੇ 20 ਬੰਦੇ ਵਿਹੜੇ 'ਚ ਭੱਜ ਕੇ ਆ ਜਾਂਦੇ। ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ, ਮੈਂ ਵਿਸ਼ਾਲ ਕਪੂਰ ਲੁਧਿਆਣਾ ਦੇ ਟਿੱਬਾ ਰੋਡ ਦੇ ਉੱਤੇ ਮੌਜੂਦ ਹਾਂ, ਪ੍ਰੀਤਨਗਰ ਹੈ ਜਿੱਥੇ ਅਜੇ ਮੌਜੂਦ ਹੈਗੇ ਹਾਂ। ਇੱਥੇ ਲੜਾਈ ਹੋਈ, ਲੜਾਈ ਇੰਨੀ ਤਕੜੀ ਹੋਈ ਕਿ ਬੰਦੇ ਦਾ ਸਿਰ ਤੱਕ ਪਾੜਤਾ ਅਤੇ ਹੱਥ 'ਤੇ ਤੇਜ਼ਦਾਰ ਹਥਿਆਰ ਮਾਰੇ। ਝੁੰਡ ਦਾ ਝੁੰਡ ਨੂੰ ਫਿਰ ਦੁਬਾਰਾ ਮਾਇਆਪੁਰੀ ਚੌਂਕ ਦੇ ਵਿੱਚ ਘੇਰਦਾ ਵੈ, ਲੇਕਿਨ ਕਾਬਲੇ ਤਾਰੀਫ ਹੈ ਲੁਧਿਆਣਾ ਪੁਲਿਸ ਦੀ ਜੋ PCR ਇੱਥੇ ਆਉਂਦੀ ਹੈ ਅਤੇ ਉਹਨਾਂ ਨੂੰ ਖਦੇੜਦੀ ਹੈ, ਨਹੀਂ ਤਾਂ ਇੱਕ ਬੰਦੇ ਦੀ ਜਾਨ ਜਾ ਸਕਦੀ ਸੀਗੀ। ਇਹ ਸ਼ਖਸ ਹੈ ਜਿਹ ਨਾਲ ਸਾਰਾ ਮਾਮਲਾ ਹੋਇਆ ਵੈ। ਕਿੰਨੇ ਕੁ ਟਾਂਕੇ ਲੱਗੇ ਬਾਈ, ਨਾਮ ਕੀ ਹੈ? ਬਾਈ ਮੇਰਾ ਨਾਮ ਗਵਰਪਾਲ ਸਿੰਘ ਹੈ। ਕਿੰਨੇ ਕੁ ਟਾਂਕੇ ਲੱਗੇ? ਮੇਰੇ 5-6 ਇੱਥੇ ਲੱਗੇ ਨੇ ਅਤੇ 7-8 ਸਿਰ 'ਤੇ ਲੱਗੇ ਨੇ ਮੇਰੇ, ਅਤੇ ਬਾਕੀ ਉਹਨਾਂ ਨੇ ਮੇਰੇ ਰਾਡਾਂ ਅਤੇ ਪਾਈਪਾਂ 'ਤੇ ਕੋਈ ਗਿਣਤੀ ਨਹੀਂ ਕੋਈ ਨਹੀਂ ਮੈਨੂੰ। ਪਹਿਲਾਂ ਤਾਂ 10-12 ਜਣੇ ਸੀਗੇ, ਮੁੜ ਕੇ ਫਿਰ ਜਦੋਂ ਫੈਕਟਰੀ ਨਾਲ ਦੀ ਕਿਸੇ ਫੈਕਟਰੀ 'ਚ ਗਏ ਨੇ ਉੱਥੋਂ ਇਕੱਠੇ ਕਰਕੇ ਇੰਨਾ ਕੁ ਝੁੰਡ ਲੈ ਕੇ ਆਏ ਨੇ ਤਾਂ ਪਤਾ ਹੀ ਨਹੀਂ ਲੱਗਿਆ ਕਿ ਕੌਣ ਕਿੱਧਰੋਂ ਆ ਰਿਹਾ ਕੌਣ ਕਿੱਧਰੋਂ ਨਹੀਂ ਆ ਰਿਹਾ। ਮੇਰੇ ਨਾਲ ਦੇ ਵੀ ਜਿਹੜੇ ਛੁੜਾ ਰਹੇ ਸੀਗੇ ਤਾਂ ਉਹਨਾਂ ਦੇ ਵੀ ਸੱਟਾਂ ਸੁੱਟਾਂ ਮਾਰੀਆਂ, ਜਨਾਨੀਆਂ ਤੱਕ ਆ ਗਈਆਂ ਇੱਟਾਂ ਉੱਟਾਂ ਮਾਰਨ, ਉਹ ਅੱਗੋਂ ਆ ਕੇ ਕਹਿੰਦੀ ਕਿ ਪੰਜਾਬੀਆਂ ਦੀ ਦੇ ਦਾਂਗੇ, ਪੰਜਾਬੀ ਇੱਥੇ ਕਰ ਦਾਂਗੇ, ਪੰਜਾਬੀ ਰਹਿਣ ਕਿ ਨਹੀਂ ਦੇਣਾ, ਔਰ ਇੰਨੀ ਕੁ ਗਾਲਾਂ ਕੱਢਦੀਆਂ, ਇੰਨਾ ਕੁ ਮੰਦਾ ਬੋਲਦੇ ਨੇ ਬਈਆਂ ਨੇ, ਇੰਨਾ ਕੁ ਆਤਮ ਮਚਾਇਆ ਨਾ ਇਸ ਪਾਸੇ ਲੇਬਰ ਨੇ, ਇੰਨਾ ਕੁ ਆਤਮ ਮਚਾਇਆ ਬਈਆਂ ਨੇ ਕਿ ਕੁਛ ਕੀ ਕਹੀਏ। ਹੁਣ ਅਸੀਂ ਇਹੀ ਹਲਾਉਣਾ ਜੀ ਹੁਣ ਜਦ ਕੀ ਕਹੀਏ ਜਦੋਂ ਬਈਆਂ ਨੂੰ ਇੰਨਾ ਤੁਸੀਂ ਸਿਰੇ ਚੜਾ ਲਾਂਗੇ ਤਾਂ ਹੁਣ ਬਈਆਂ ਨੇ ਅੱਜ ਸਿਰੇ ਚੜ ਚੜ ਕੇ ਆਹੀ ਹਾਲ ਨੇ, ਆਹੀ ਨਤੀਜੇ ਮਿਲਣੇ ਨੇ ਜੋ ਤੁਹਾਨੂੰ ਅੱਜ ਮੇਰੇ ਮਿਲਦੇ ਪਏ ਨੇ। ਮੇਰੇ ਇੰਨੇ ਕਣੇ ਮੇਰੇ ਕੋਲ ਇਸ ਟਾਈਮ ਬਾਂਹ ਨਹੀਂ ਸਿੱਧੀ ਹੋ ਰਹੀ, ਮੇਰੇ ਕੋਲੋਂ ਮੇਰਾ ਸਿਰ ਦੇ ਇੰਨੇ ਟਾਂਕੇ ਲੱਗੇ ਨੇ, ਮੇਰੇ ਕੋਲੋਂ ਸਿਰ ਮੇਰਾ ਦੁੱਖ ਰਿਹਾ, ਮੈਨੂੰ ਸਮਝ ਨਹੀਂ ਆ ਰਹੀ ਮੈਂ ਕੀ ਕਰਾਂ। ਮੈਂ ਇਹ ਜਗ੍ਹਾ MLA ਸਾਹਿਬ ਦੀ ਬੈਕ ਸਾਈਡ 'ਤੇ ਦਫ਼ਤਰ ਦੀ? ਹਾਂਜੀ, ਟਿੱਬਾ ਰੋਡ ਗਰੇਵਾਲ ਭੁੱਲਾ ਦਫ਼ਤਰ ਜੀ ਦੇ ਬੈਕ ਸਾਈਡ 'ਤੇ ਜੀ ਦਫ਼ਤਰ, ਫੈਕਟਰੀ ਹੈ ਸਾਡੀ। ਸਰੇਆਮ ਹੀ ਧੱਜੀ ਉਡਾਈਆਂ ਗਈਆਂ ਨੇ ਉਹਨਾਂ ਦੇ ਦਫ਼ਤਰ ਦੇ ਕੋਲੋਂ ਲੰਘ ਕੇ ਗਈ ਹੈ ਸਾਰੀ ਲੇਬਰ। ਇਹਨਾਂ ਦਾ ਕੋਈ ਮੈਟਰ ਹੋਣਾ, ਇਹ ਗੱਲ ਕਰ ਰਹੇ ਸੀ ਉਹਨਾਂ ਨਾਲ ਤਾਂ ਉੱਧਰੋਂ ਜੀ ਉਹਨਾਂ ਨੂੰ ਪਤਾ ਨਹੀਂ ਕੀ ਹੋਇਆ ਕੀ ਨਹੀਂ, ਉੱਧਰੋਂ ਜੀ 3-4 ਬੰਦੇ ਆਏ ਤਾਂ ਆਉਂਦੇ ਇਹਨਾਂ ਨਾਲ ਬੈਂਸਨ ਲਾਪੇ, ਇਹਨਾਂ ਨਾਲ ਬੈਂਸਨ ਲਾਪੇ ਤਾਂ ਇਹਨਾਂ ਨਾਲ ਬੈਂਸਨ ਲਾਪੇ ਕਹਿੰਦੇ ਕੀ ਹੋਇਆ ਦੱਸੋ ਤਾਂ ਸਹੀ ਗੱਲਬਾਤ। ਇਹਨਾਂ ਦੇ ਇੱਕ ਮੁਲਾਜ਼ਮ ਆ ਮੁੰਡਾ, ਉਹ ਸਾਊ ਜਿਹਾ ਵਿਚਾਰਾ, ਪਾਣੀ ਪੂਣੀ ਪਾਉਂਦਾ ਦਿਮਾਗ ਤੋਂ ਥੋੜ੍ਹਾ ਜਿਹਾ ਇੱਦਾਂ ਹੋਣਾ, ਤਾਂ ਉਹ ਆ ਗਿਆ ਵਿੱਚ, ਉਹਨਾਂ ਨੇ ਉਹਨੂੰ ਉੱਥੇ ਟਾਲਿਆ ਤਾਂ ਇਹਨੂੰ ਮਾਰਨ ਲੱਗ ਪਏ, ਤਾਂ ਇੱਕ ਲੇਡੀਜ਼ ਨੇ ਚੀਕ ਮਾਰੀ ਉੱਧਰੋਂ ਬਈਏ ਆਏ ਤਾਂ ਕੁੱਟਣ ਲੱਗ ਪਏ, ਅਸੀਂ ਛੁਡਾਇਆ ਤਾਂ ਹਟੇ ਨਹੀਂ ਜੀ। ਫਿਰ ਜਦੋਂ ਐਂਡੋ ਕਹਿਣ ਲੱਗ ਗਏ ਪੰਜਾਬੀਆਂ ਦੀ ਤਾਂ ਉੱਥੇ ਰੇਤੇ ਵਾਲੇ ਭਾਜੀ ਆ ਤਾਂ ਉਹਨਾਂ ਨੇ ਦਬਕਾ ਮਰਾਇਆ, ਅਤੇ ਇੱਕ ਕੰਡੇ ਵਾਲਾ ਭਾਜੀ ਆ ਇਹਨਾਂ ਨੇ ਅਤੇ ਮੈਂ, ਅਸੀਂ ਇਹਨਾਂ ਨੂੰ ਛੁਡਾਇਆ ਨਹੀਂ ਤਾਂ ਉਹ ਤਾਂ ਪਤਾ ਨਹੀਂ ਕੀ ਦਿਮਾਗ 'ਚ ਲੈ ਕੇ ਆਏ ਸੀ ਕਿ ਮਾਰ ਹੀ ਦੇਣਾ ਹੁੰਦਾ। ਭਾਜੀ ਫਿਰ ਹੁਣ ਪੰਜਾਬ ਹੈਗਾ ਰਹਿਣ ਵਾਲਾ ਕਿ ਨਹੀਂ ਰਿਹਾ? ਡਰ ਲੱਗਦਾ ਜੀ, ਡਰ ਲੱਗਦਾ। ਦੇਖੋ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਜੋ ਆਪਾਂ ਦਿਨ ਰੋਜ਼ ਦੇਖ ਰਹੇ ਹਾਂ, ਇੱਥੇ ਲੁੱਟ ਹੋ ਗਈ, ਇੱਥੇ ਇੱਕ ਮਾਰ ਕੁੱਟ ਕਰਤੀ, ਦੇਖੋ ਬਿਨਾਂ ਟੋਕਿਆਂ ਤੋਂ, ਬਿਨਾਂ ਗੰਡਾਸੀਆਂ ਤੋਂ, ਬਿਨਾਂ ਤਲਵਾਰਾਂ ਤੋਂ ਤਾਂ ਲੜਾਈਆਂ ਹੀ ਖਤਮ ਹੋ ਗਈਆਂ ਆਪਣੇ ਪੰਜਾਬ 'ਚ।
ਆਏ ਦਿਨ ਤੁਸੀਂ ਦੇਖੋਗੇ ਵੀ ਜਿਹੜੀ ਵੀ ਕੋਈ ਖਬਰ ਲੱਗੇਗੀ ਜੀ ਇਹਨੇ ਇਹਦੇ ਕੋਲ ਕਿਰਚ ਸੀ ਜੀ, ਇਹਦੇ ਕੋਲ ਤਲਵਾਰ ਸੀ ਜੀ, ਮਤਲਬ ਪੰਜਾਬ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਬੰਦਾ ਫਰੀਡਮ ਲਈ ਆਪਣਾ ਜੀਵਨ ਨਹੀਂ ਬਤੀਤ ਕਰ ਸਕਦਾ। ਜਾਈਏ ਕਿੱਥੇ ਫਿਰ? ਬਸ ਇਹੀ ਤਾਂ ਸਮਝ ਤੋਂ ਬਾਹਰ ਹੋ ਗਿਆ, ਲੇਬਰ ਨੂੰ ਅਸੀਂ ਲੋਕਾਂ ਨੇ ਆਪ ਹੀ ਇੰਨਾ ਜ਼ਿਆਦਾ ਹਾਵੀ ਕਰ ਲਿਆ, ਇੰਨਾ ਕੁ ਉਹਨਾਂ ਦਾ ਜੁੱਟ ਇਹਨਾਂ ਦਾ ਜੋੜ ਵਧਾ ਤਾ ਵੀ ਇੱਕ ਇੱਕ ਕਮਰੇ 10-10 ਬਵੀ ਵੀ ਬੰਦੇ ਰਹਿੰਦੇ ਆ। ਇੱਕ ਸਾਡੇ ਪੰਜਾਬੀਆਂ ਕੋਲ ਜਦੋਂ ਲੋੜ ਪਵੇ ਮੌਕੇ 'ਤੇ ਆਵਾਜ਼ ਮਾਰੋਗੇ, ਦੋ ਬੰਦੇ ਨਹੀਂ ਇਕੱਠੇ ਹੋਣੇ, ਇਹਨਾਂ ਕੋਲ 20-20 ਬੰਦੇ ਵਿਹੜੇ 'ਚੋਂ ਭੱਜ ਕੇ ਆ ਜਾਂਦੇ। ਹੁਣ ਅੱਜ ਸਵੇਰ ਦਾ ਜਿਹੜਾ ਵਾਕਿਆ ਹੋਇਆ, ਉਹ ਵਾਕਿਆ 'ਚ ਕੀ ਹੈ? ਫੈਕਟਰੀ 'ਚ ਮਾਲਕ ਨਹੀਂ ਹੈਗਾ, ਜੋ ਗੱਲਬਾਤ ਹੈ ਮਾਲਕਾਂ ਨਾਲ ਹੋਣੀ ਚਾਹੀਦੀ ਹੈ। ਮਾਸਟਰ ਕੰਮ ਕਰ ਰਿਹਾ, ਮਾਸਟਰ 'ਤੇ ਵੱਧ ਟੁੱਕ ਕਰਤੀ, ਜੇ ਕੋਈ ਹੋਰ ਅੱਗੇ ਆ ਜਾਂਦਾ ਇਹਨਾਂ ਨੇ ਉਹਦੇ ਨਾਲ ਵੀ ਵੱਧ ਟੁੱਕ ਕਰ ਦੇਣੀ ਸੀ। ਇਹ ਪਰਵਾਹ ਨਹੀਂ, ਇਹਨਾਂ ਨੇ ਮਰਡਰ ਕਰਕੇ ਬਾਹਰ ਭੱਜ ਜਾਣਾ, ਇਹ ਇਹਨਾਂ ਦੀ ਸੋਚਾ ਬਣ ਚੁੱਕੀ। ਇਹਨਾਂ ਦੀ ਇਹ ਸੋਚ ਹੈ ਜੀ ਸਾਨੂੰ ਕਿਹੜਾ ਕਿਸੇ ਨੇ ਫੜ ਲੈਣਾ, ਅਸੀਂ ਅੱਜ ਇੱਥੇ ਲੁਧਿਆਣੇ ਆ, ਕੱਲ੍ਹ ਨੂੰ ਅਸੀਂ ਜਲੰਧਰ ਚਲ ਜਾਵਾਂਗੇ, ਪਰਸੋਂ ਮਹੀਨਾ ਦੋ ਮਹੀਨੇ ਪਿੰਡ ਰਹਿ ਲੈਂਦੇ ਜਾ ਕੇ। ਹੁਣ ਸਾਡੇ ਵਰਗਾ ਵਪਾਰੀ ਬੰਦਾ ਹੋਵੇ, ਸਾਡਾ ਰੱਬ ਨਾ ਕਰੇ ਕੋਈ ਇੱਦਾਂ ਦਾ ਇੰਸੀਡੈਂਟ ਹੁੰਦਾ, ਸਾਡਾ ਤਾਂ ਘਰ ਬਾਰ ਟਿਕਾਣਾ ਇਹੀ ਹੈ। ਲੇਕਿਨ ਪੰਜਾਬ ਪੁਲਿਸ 'ਚ ਪ੍ਰਾਊਡ ਵੀ, ਪੰਜਾਬ ਪੁਲਿਸ ਆ ਗਈ ਸੀ ਇੱਥੇ, ਲੁਧਿਆਣਾ ਪੁਲਿਸ ਆਈ ਹੈ, ਲੁਧਿਆਣਾ ਪੁਲਿਸ ਨੇ ਖਦੇੜਿਆ ਉਹਨਾਂ ਨੂੰ, ਲੇਕਿਨ ਹੁਣ ਫਰਾਰ ਹੋ ਗਏ ਨੇ। ਹੁਣ ਜਦੋਂ ਇੰਨੀ ਜ਼ਰੂਰਤ ਸੀਗੀ, ਹੁਣ ਪੰਜਾਬ ਪੁਲਿਸ ਲੁਧਿਆਣਾ ਪੁਲਿਸ ਦੇ ਹੱਥ ਆਣਗੇ? ਦੇਖੋ ਆਣਗੇ, ਇਸ ਚੀਜ਼ ਵਾਕਈ ਸ਼ਲਾਘਾਯੋਗ ਹੈ ਵੀ ਅੱਜ ਪੁਲਿਸ ਨੇ ਵਾਕਈ ਆਪਣਾ ਰੋਲ ਬਹੁਤ ਵਧੀਆ ਨਾਲ ਪਲੇ ਕੀਤਾ। ਜਿਹੜੇ PCR ਵਾਲੇ ਮੁਲਾਜ਼ਮ ਸੀ ਉਹਨਾਂ ਨੇ ਆ ਕੇ ਬਹੁਤ ਵਧੀਆ ਆਪਣਾ ਰੋਲ ਪਲੇ ਕੀਤਾ। ਪਰ ਗੱਲ ਇਹ ਵੀ ਜੇ ਕਿਤੇ ਪੁਲਿਸ ਉਸ ਮੌਕੇ 'ਤੇ ਨਾ ਪਹੁੰਚਦੀ, 2-4 ਬੰਦੇ ਫੱਟੜ ਹੋ ਜਾਂਦੇ, ਕਿਸੇ ਇੱਕ ਅੱਧੇ ਦੀ ਮੌਤ ਹੋ ਜਾਂਦੀ, ਆਪਾਂ ਕਿਸ ਨੂੰ ਫੜਦੇ? ਉਸ ਮੌਕੇ 'ਤੇ ਆਪਾਂ ਕਿਹਦੇ ਨਾਲ ਗੱਲ ਕਰ ਸਕਦੇ ਸੀ? ਕਿਸੇ ਨਾਲ ਕੋਈ ਗੱਲ ਨਹੀਂ ਹੋਣੀ ਸੀ। ਸੋ ਮੈਂ ਤਾਂ ਇੱਕ ਸਿੰਪਲ ਜਿਹਾ ਇਹੀ ਕਹੂੰਗਾ ਵੀ ਲੋਕਾਂ ਨੂੰ ਆਪਣੇ ਆਪ ਦੇ ਵਿੱਚ ਇੰਨੀ ਕੁ ਜਾਗਰੂਕਤਾ ਲਿਆਉਣੀ ਚਾਹੀਦੀ ਹੈ ਵੀ ਲੇਬਰ ਨੂੰ ਲੇਬਰ ਦੇ ਦਰਜੇ 'ਤੇ ਰੱਖਿਆ ਜਾਵੇ, ਮਾਲਕ ਆਪਣੇ ਮਾਲਕਾਂ ਵਾਲੇ ਦਰਜੇ 'ਤੇ ਰਹਿਣ। ਔਰ ਜਿਹੜਾ ਆਪਣੇ ਪੰਜਾਬ ਦਾ ਮਾਹੌਲ ਬਣ ਗਿਆ ਵੀ ਆਏ ਦਿਨ ਕੱਟ ਵੱਡ ਕਰ ਦਿਓ, ਮਾਰ ਟੁੱਕ ਕਰ ਦਿਓ, ਇਹ ਚੰਗੀ ਗੱਲ ਨਹੀਂ ਹੈ, ਇਹਦਾ ਅੰਤ ਬਹੁਤ ਮਾੜਾ ਹੋਏਗਾ। ਇਹ ਤੁਹਾਡੀ ਫੈਕਟਰੀ ਕੰਮ ਕਰਦੇ ਸੀ ਪਹਿਲੇ? ਹਾਂਜੀ, ਮੇਰੇ ਕੋਲ 2.5-3 ਮਹੀਨੇ ਪਹਿਲਾਂ ਕੰਮ ਕਰਦੇ ਸੀ, ਫਿਰ ਕੰਮ ਛੱਡ ਗਏ ਸੀਗੇ ਸਰ। ਅਤੇ ਹੁਣ ਫਿਰ ਇੱਕੋਦਮ ਹੀ ਕੀ ਹੋ ਗਿਆ, ਪੈਸਾ ਪੂਸਾ ਵੀ ਦਿੱਤਾ ਸੀ ਇਹਨਾਂ ਨੂੰ ਕੁਛ? ਹਾਂਜੀ ਭਾਅ ਜੀ, ਮੇਰੇ ਕੋਲ 39,000 ਰੁਪਏ ਐਡਵਾਂਸ ਲੈ ਗਏ ਸੀਗੇ, ਅਤੇ ਉਸ ਤੋਂ ਪਹਿਲਾਂ ਮੈਂ 2-3 ਵਾਰ ਬੁਲਾਇਆ ਕਿ ਆ ਜਾਓ ਜਾਂ ਕੰਮ ਕਰ ਲਓ ਜਾਂ ਪੈਸੇ ਦੇ ਜਾਓ, ਅਤੇ ਇਹ ਕਿੱਥੇ ਹੋਰ ਕੰਮ ਲੱਗ ਗਏ, ਮੈਂ ਵੀ ਮੁੜ ਕੇ ਧਿਆਨ ਨਹੀਂ ਦਿੱਤਾ। ਮੈਂ ਕਿਹਾ ਚੱਲ ਕੋਈ ਗੱਲ ਨਹੀਂ, ਰਾਤੀ ਇਹਨਾਂ ਨੂੰ ਪਤਾ ਨਹੀਂ ਕੀ ਖਾਧਾ ਪੀਤਾ ਕੁਛ ਕੀ ਹੈ। ਇਹ ਸਵੇਰੇ ਆਉਂਦੇ ਸਰ, ਮੈਂ ਫੈਕਟਰੀ ਸੀਗਾ ਨਹੀਂ, ਮੇਰੇ ਪਿੱਛੇ ਨੂੰ ਆਉਂਦੇ ਸਰ, ਮੇਰੇ ਬੰਦੇ ਨੂੰ ਮਾਰਿਆ, ਆਹ ਦੇਖੋ ਦਿਖਾਇਆ ਉਹ, ਅਤੇ ਕਾਫੀ ਸੀਰੀਅਸ ਨੇ। ਮੈਂ ਪਹਿਲੇ ਪੱਟੀ ਗ੍ਰਾਮ ਭੇਜਿਆ, ਮੈਨੂੰ ਫੋਨ ਆਇਆ ਘਰੇ ਕਿ ਇੱਦਾਂ ਦਾ ਲੜਾਈ ਹੋਈ ਹੈ। ਅਤੇ ਹੁਣ CMC ਤੋਂ ਛੁੱਟੀ ਕਰਾਈ ਹੈ? CMC ਤੋਂ ਛੁੱਟੀ ਕਰਾਈ ਹੈ। ਹੁਣ ਉਸ ਤੋਂ ਪਹਿਲਾਂ ਇਹਨੂੰ 100-150 ਬੰਦਿਆਂ ਨੇ ਪੁਲਿਸ ਦੇ ਦਫ਼ਤਰ ਦੇ ਬਾਹਰ ਖੜ ਕੇ ਇਹਨਾਂ ਨੇ ਹਥਿਆਰ ਲੈ ਕੇ ਇੱਟਾਂ ਮਾਰੀਆਂ, ਜਨਾਨੀਆਂ ਨਾਲ, ਸਭ ਕੁਛ ਨਾਲ। ਹੁਣ ਕੋਈ ਬੰਦਾ ਲੱਭਦਾ ਨਹੀਂ ਪਿਆ, ਕੋਈ ਕੁਛ ਨਹੀਂ ਹੈ, ਅਤੇ ਹੁਣ ਬਸ ਪੁਲਿਸ ਨੂੰ ਕਹਿ ਰਹੇ ਹਾਂ ਕਿ ਨਾਮ ਕੀ ਇਹਨਾਂ ਦੇ? ਇਹਨਾਂ ਦੇ ਨਾਮ ਹੈਗੇ ਜੀ, ਇੱਕ ਦਾ ਹੈਗਾ ਅਮਨ ਨਾਮ ਹੈ ਜੀ, ਅਤੇ ਦੂਜੇ ਦਾ ਆਪਣਾ ਛੋਟਾ ਜਿਹਾ ਮੁੰਡਾ ਕੀ ਨਾਮ, ਰਾਹੁਲ ਨਾਮ ਹੈ ਜੀ। ਰਾਹੁਲ ਆਪਣੇ ਕੋਲ ਹਾਲੇ ਵੀ ਕੰਮ ਕਰਦਾ ਪਿਆ ਫੈਕਟਰੀ। ਅੱਛਾ, ਤੁਹਾਡੇ ਕੋਲ ਹੀ ਕੰਮ ਕਰਦਾ, ਤੁਹਾਡੇ ਬੰਦਿਆਂ ਨੂੰ, ਤੁਹਾਡੇ ਦੁਆਰਾ ਬੰਦਿਆਂ ਨੂੰ? ਸਾਡੇ ਬੰਦੇ ਨੂੰ ਹੀ ਉੱਪਰੋਂ ਆ ਕੇ ਮਾਰਿਆ ਜੀ, ਇਹਨੇ ਬੈਲਟ ਮਾਰੀ ਹੈ। ਤੂੰ ਲੰਗੜਾ ਹੋ ਕੇ ਚੱਲ ਰਿਹਾ ਬਾਈ? ਮੇਰੇ ਬਾਈ ਇਹਨੇ ਇੱਟ ਮਾਰਤੀ ਜੀ ਪੈਰ 'ਤੇ, ਮੈਂ ਛੁਡਾ ਰਿਹਾ ਸੀਗਾ ਵਿੱਚ, ਅਤੇ ਇਹਨੇ ਮੇਰੇ ਪੈਰ 'ਤੇ ਇੱਟ ਮਾਰਤੀ। ਤੇਰਾ ਕੀ ਕਸੂਰ ਸੀ? ਮੇਰਾ ਕੋਈ ਕਸੂਰ ਨਹੀਂ ਜੀ, ਮੈਂ ਤਾਂ ਅੰਦਰੋਂ ਫੈਕਟਰੀ ਲੋਕ ਖੋਲਦਾ ਹੀ ਪਿਆ ਸੀ ਹਾਲੇ, ਅਤੇ ਮੈਂ ਉੱਪਰੋਂ ਨੀਚੇ ਆਇਆ ਵੀ ਕੱਠ ਕਾਹਦਾ ਹੋਇਆ, ਇੰਨੇ 'ਚ ਉਹਨੇ ਮੇਰੇ ਵੀ ਇੱਟ ਮਾਰਤੇ ਜੀ। ਗੱਲ ਕਰਨ ਤੋਂ ਵੀ ਡਰ ਲੱਗਦਾ, ਕਿਸੇ ਲੇਬਰ ਨੂੰ, ਕਿਸੇ ਕਾਰੀਗਰ ਨੂੰ ਇਹ ਵੀ ਨਹੀਂ ਕਹਿ ਸਕਦੇ ਯਾਰ ਤੂੰ ਕੰਮ ਕਰ ਲੈ, ਤੂੰ ਇਹ ਕਰ ਲੈ, ਤੂੰ ਪੈਸੇ ਲਿੱਤੇ ਐਡਵਾਂਸ, ਸਾਡੇ ਪੈਸੇ ਮੋੜ ਦੇ ਜਾਂ ਕੁਛ ਕਰ ਲੈ। ਅੱਗੋਂ ਸਾਲੇ ਪੂਰੀ ਦੀ ਪੂਰੀ ਮੰਡੀਰ ਇਕੱਠੀ ਹੋ ਗਏ, ਦਾਤਾਂ ਤਲਵਾਰਾਂ ਨਾਲ ਫੈਕਟਰੀਆਂ ਦੇ ਵਿੱਚ ਆਉਂਦੇ ਨੇ, ਆ ਤੁਹਾਡੇ ਸਾਹਮਣੇ ਨਤੀਜੇ ਨੇ ਮੇਰੇ ਸਿਰ 'ਤੇ ਵਜੇ, ਮੇਰੇ ਬੈਗ ਦੇ ਵਿੱਚ ਫੈਕਟਰੀ ਦੇ ਅੰਦਰ ਵੜ ਗਏ ਨੇ ਮੇਰੇ ਕੋਲ। ਅਗਰ ਪੁਲਿਸ ਮੌਕੇ 'ਤੇ ਨਾ ਪਹੁੰਚਦੀ ਤਾਂ ਇੱਥੇ ਵੱਡੀ ਵਾਰਦਾਤ ਵੀ ਹੋ ਸਕਦੀ ਸੀ, ਲੇਕਿਨ ਕਾਬਲੇ ਤਾਰੀਫ ਹੈ ਲੁਧਿਆਣਾ ਪੁਲਿਸ ਦੀ ਕਿ ਲੁਧਿਆਣਾ ਪੁਲਿਸ ਜਿਹੜੀ ਹੈ ਇੱਥੇ ਪਹੁੰਚੀ ਸੀ। 66 ਨੰਬਰ ਆ ਸੁਮਨ ਸਾਡੇ ਨਾਲ ਮੌਜੂਦ ਆ। ਸੁਮਨ ਜੀ, ਕੀ ਮਾਮਲਾ ਸੀਗਾ ਜੋ ਤੁਸੀਂ ਇੱਥੋਂ ਲੰਘੇ, ਕਿਸ ਤਰ੍ਹਾਂ ਸਾਰਾ ਕੁਛ ਸੀਗਾ? ਅਸੀਂ ਜੀ ਦੁਰਾਨੇ ਗੈਸ 'ਤੇ ਇੱਥੇ ਆ ਰਹੇ ਸੀਗੇ, ਜਦੋਂ ਦੇਖਿਆ ਇੱਥੇ ਬਹੁਤ ਬੰਦੇ ਇਕੱਠੇ ਆ, ਮੌਕੇ 'ਤੇ ਆ ਕੇ ਦੇਖਿਆ ਤਾਂ ਲੜ ਰਹੇ ਸੀਗੇ ਇਹਨਾਂ ਨੂੰ, ਫਿਰ ਮੌਕੇ 'ਤੇ ਵੀ ਦੋਹਾਂ ਪਾਰਟੀਆਂ ਨੂੰ ਭਜਾਤਾ, ਖੰਡਾਤਾ ਇਹਨਾਂ ਨੂੰ ਸਾਰਿਆਂ ਨੂੰ, ਅਤੇ ਇੱਕ ਮੁੰਡੇ ਦੀ ਸੱਟ ਲੱਗੀ ਸੀ, ਉਹਨੂੰ ਫਿਰ ਕਿਹਾ ਸਿਵਲ ਹੋਸਪਿਟਲ ਜਾ ਕੇ ਆਪਣਾ MR ਕਟਾ ਕੇ ਅਤੇ ਆ ਜਾ ਥਾਣੇ।
ਕਿਸੇ ਨੂੰ ਵੀ ਲੋਨ ਉਹਨਾਂ ਹੱਥ 'ਚ ਲੈਣ ਦਿੱਤਾ ਜਾਊ? ਨਹੀਂ ਨਹੀਂ, ਇਹ ਤਾਂ ਨਹੀਂ, ਇੱਦਾਂ ਥੋੜ੍ਹਾ ਹੋ ਸਕਦਾ ਜੀ। ਬਿਲਕੁਲ, ਸਾਡੇ ਕਾਬਿਲ ਅਫਸਰ ਨੇ, ਜੋ ਕਾਬਿਲ ਅਫਸਰ ਥਾਣਾ ਟਿੱਬਾ ਦੇ SHO, ਤਮਾਮ ਪੁਲਿਸ ਟੀਮ ਹੈ ਜੋ ਲੋਨ ਔਰਡਰ ਨੂੰ ਮੇਨਟੇਨ ਕਰਕੇ ਰੱਖਦੀ ਹੈ ਕਿ ਅਗਰ ਕੋਈ ਵੀ ਹੁੱਲੜਬਾਜ਼ ਇਹ ਸੋਚਦਾ ਕਿ ਅਸੀਂ ਪੁਲਿਸ ਦੀ ਨਿਗਾਹ ਤੋਂ ਬਚੇ ਹੋਏ ਹਾਂ, ਲੇਕਿਨ ਉਹਨਾਂ ਨੂੰ ਸਾਫ਼ ਪੁਲਿਸ ਦੀ ਹਦਾਇਤ ਵੀ ਹੈਗੀ ਹੈ ਕਿ ਤੁਸੀਂ ਬਚੇ ਨਹੀਂ ਹੋਏ, ਅਗਰ ਕੋਈ ਵੀ ਹੁੱਲੜਬਾਜ਼ ਦਹਿਸ਼ਤਗਰਦੀ ਕਰਦਾ ਜਾਂ ਦਹਿਸ਼ਤਗਰਦੀ ਨੂੰ ਪੜਾਵਾ ਦਿੰਦਾ ਵਾ, ਉਹ ਹਮੇਸ਼ਾ ਉਹ 'ਤੇ ਕਾਰਵਾਈ ਕੀਤੀ ਜਾਊਗੀ। ਲੁਧਿਆਣਾ ਕੈਮਰਾਮੈਨ ਧਰਮੇ ਦੇ ਨਾਲ ਵਿਸ਼ਾਲ ਕਪੂਰ, ਲੁਧਿਆਣਾ ਲਾਈਵ।